ਜੀ ਐਨਪੀਆਰ ਪਰਿਸ਼ਸਿਕਲ ਆਦਾਬ ਮੈਂ ਹਾਂ ਤੁਹਾਡਾ ਆਪਣਾ 호ਸ ਸਾਹਿਦ Shabbir Baba ji aur ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ ਜੀ ਰਣਜੀਤ ਨਿਗਾਰਾ ਕੀ ਹੈ ਰਣਜੀਤ ਨਿਗਾਰਾ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਯੂਐਸਏ ਬੇਸਡ ਕੈਲੀਫੋਰਨੀਆ ਮੈਂਟਿਕਾ ਤੋਂ ਮੈਂਟਿਕਾ ਇੱਕ ਛੋਟਾ ਜਿਹਾ ਸ਼ਹਿਰ ਹੈ ਕੈਲੀਫੋਰਨੀਆ ਸਟੇਟ ਦਾ ਉੱਥੇ ਦੇ ਜਿਹੜੇ ਸਿੰਘ ਸਾਹਿਬਾਨ ਨੇ ਉਹਨਾਂ ਨੇ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਬਣਾਈ ਹੈ ਜੀਦੀ ਥਰੂ ਜਿਹੜਾ ਕਾਰ ਸੇਵਾ ਜਿਹੜੀ ਹੈ ਪਾਕਿਸਤਾਨ ਗਵਰਨਮੈਂਟ ਕੋਲੋਂ ਐਵੈਕਿਊਟਰਸ ਪ੍ਰੋਪਰਟੀ ਬੋਰਡ ਔਰ ਪੀਐਸਪੀਜੀਸੀ ਦੇ ਤਾਬਨ ਦੇ ਨਾਲ ਇਹ ਪ੍ਰੋਜੈਕਟ ਅਪਰੂਵ ਹੋਇਆ ਸੀ ਔਰ ਆਪਾਂ ਤੁਹਾਨੂੰ ਕੋਈ ਤਕਰੀਬਨ 1 ਮਹੀਨਾ ਪਹਿਲੇ ਰਿਪੋਰਟ ਦਿੱਤੀ ਸੀ ਕਿ ਵੀ ਕਾਰ ਸੇਵਾ ਸ਼ੁਰੂ ਹੋਣ ਲਈ ਜਾ ਰਹੀ ਹੈ ਵਿੱਚ ਸਾਡੇ ਪੇਜ ਦੇ ਉੱਤੇ ਤੁਹਾਨੂੰ ਅਪਡੇਟ ਵੀ ਮਿਲੀ ਹੋਏਗੀ ਰਣਜੀਤ ਨਿਗਾਰਾ ਦਾ ਜਿਹੜਾ ਆਫੀਸ਼ਲ ਪੇਜ ਹੈ ਫੇਸਬੁੱਕ ਦਾ ਉਹਦੇ ਉੱਤੇ ਤੁਸੀਂ ਦੇਖਿਆ ਹੁਣ ਕਿ ਕਾਰ ਸੇਵਾ ਦੇ ਕੰਮ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਜੀ ਬਿਲਕੁਲ ਜੀ ਉਹ ਉਹਦੀ ਹੀ ਕੰਟੀਨਿਉਟੀ ਹੈ ਅੱਜ ਅਸੀਂ ਇੱਥੇ ਪਹੁੰਚੇ ਹਾਂ ਤੁਹਾਨੂੰ ਦਿਖਾਉਣ ਵਾਸਤੇ ਕਿ ਕੀ ਕੀ ਕੀਤਾ ਹੈ ਹੋਰ ਕੀ ਕੀ ਹੋ ਰਿਹਾ ਹੈ ਸਭ ਤੋਂ ਪਹਿਲੇ ਦੱਸਣਾ ਇਹ ਜ਼ਰੂਰੀ ਹੈ ਕਿ ਰਣਜੀਤ ਨਗਾਰਾ ਕੋਲ ਜਿਹੜਾ ਇਹ ਕਾਰ ਸੇਵਾ ਦਾ ਕੰਮ ਹੈ ਫੇਸ 1 ਵਿੱਚ ਕੀ ਕਰਨ ਲਈ ਜਾ ਰਹੇ ਹਾਂ ਬੈਕ ਸਾਈਡ ਤੇ ਸਰੋਵਰ ਨਜ਼ਰ ਆ ਰਿਹਾ ਤੁਹਾਨੂੰ ਸਭ ਤੋਂ ਪਹਿਲੇ ਮੇਨ ਬਿਲਡਿੰਗ ਹੈ ਤਿੰਨ ਫਲੋਰ ਨੇ ਗੁੰਬਦ ਹੈ ਨਿਸ਼ਾਨ ਸਾਹਿਬ ਹੈ ਇਹ ਦੀ ਸੇਵਾ ਔਰ ਉਸ ਤੋਂ ਬਾਅਦ ਜਿਹੜੀ ਹੈ ਪਹਿਲੇ ਫੇਸ ਦੇ ਵਿੱਚ ਰੈਨੋਵੇਸ਼ਨ ਹੈ ਪੂਰੀ ਇਹਦੀ ਸਰੋਵਰ ਸਾਹਿਬ ਦੀ ਔਰ ਉਸ ਤੋਂ ਬਾਅਦ ਚੱਲਾਂਗੇ ਅੱਗੇ ਇਹ ਹੈ ਫੇਸ 1 ਇਸ ਫੇਸ 1 ਨੂੰ ਪਹਿਲੇ ਮੁਕੰਮਲ ਕਰਨਾ ਫਿਰ ਉਸ ਤੋਂ ਬਾਅਦ ਫੇਸ 2 ਵੱਲ ਜਾਵਾਂਗੇ ਔਰ ਫੇਸ 3 ਇਹ ਦਿੱਤੇ ਹੋਏਗਾ ਤੇ ਫੇਸ 1 ਦੇ ਵਿੱਚ ਤੁਹਾਨੂੰ ਦੱਸਿਆ ਸੀ ਜਿਸ ਤਰ੍ਹਾਂ ਕਿ ਲੇਅਰ ਵਗੈਰਾ ਸਾਫ਼ ਕੀਤੀ ਜਾ ਰਹੀ ਹੈ ਔਰ ਤੁਹਾਨੂੰ ਲੇਅਰਸ ਜਿਹੜੀਆਂ ਸਾਫ਼ ਕੀਤੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸਟੈਪ 1 ਦੇ ਵਿੱਚ ਤੁਹਾਨੂੰ ਪਹਿਲੇ ਦਿਖਾਉਨੇ ਆ ਕਿ ਜਿਹੜਾ ਅਸੀਂ ਤੁਹਾਨੂੰ ਦੱਸਿਆ ਸੀ ਉਹ ਕੰਮ ਕਿੰਨਾ ਕੁ ਹੋਇਆ ਫੇਸ 2 ਦੇ ਵਿੱਚ ਅਸੀਂ ਜਾਵਾਂਗੇ ਤੁਹਾਨੂੰ ਅੰਦਰਲੇ ਫਲੋਰਸ ਦੇ ਵਿੱਚ ਦਿਖਾਵਾਂਗੇ ਔਰ ਛੱਤ ਤੇ ਜਾ ਕੇ ਦਿਖਾਵਾਂਗੇ ਕਿ ਵੀ ਕਿੰਨਾ ਕੰਮ ਉੱਤੇ ਵੀ ਹੋਇਆ ਹੈ ਫਿਰ ਉਸ ਤੋਂ ਬਾਅਦ ਤੀਸਰੀ ਫੇ ਤੀਸਰੀ ਰਿਕਾਰਡਿੰਗ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਆਰਕੀਟੈਕਟ ਸਾਡੇ ਜਿਹੜੇ ਨੇ ਉਹਨਾਂ ਦਾ ਨੈਕਸਟ ਪਲਾਨ ਕੀ ਹੈ ਉਹ ਅੱਗੇ ਕੀ ਕਰਨ ਜਾ ਰਹੇ ਨੇ ਤਾਂ ਕਿ ਜਿਹੜੀਆਂ ਸਾਡੀਆਂ ਸੰਗਤਾਂ ਵੇਟ ਕਰ ਰਹੀਆਂ ਨੇ ਵਰਲਡ ਵਾਈਡ ਬੈਠੀਆਂ ਹੋਈਆਂ ਉਹ ਇੱਕ ਵਾਰੀ ਦੇਖ ਲੈਣ ਇੱਕ ਕਾਰ ਸੇਵਾ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਨਿਭਾਈ ਜਾ ਰਹੀ ਹੈ ਤੇ ਤੁਸੀਂ ਵੀ ਅਗਰ ਸਪੋਰਟ ਕਰਨਾ ਚਾਹੁੰਦੇ ਹੋ ਰਣਜੀਤ ਨਗਾਰਾ ਨੂੰ ਤੇ ਤੁਸੀਂ ਰਣਜੀਤ ਨਗਾਰਾ ਆਫੀਸ਼ਲ ਪੇਜ ਜਿਹੜਾ ਹੈ ਫੇਸਬੁੱਕ ਦੇ ਉੱਤੇ ਉਹਦੇ ਉੱਤੇ ਕੰਟੈਕਟ ਨੰਬਰ ਈਮੇਲ ਸਾਰਾ ਕੁਝ ਉਥੇ ਮੌਜੂਦ ਹੈ ਔਰ ਇਸ ਕੰਮ ਨੂੰ ਅੱਗੇ ਵਧਾਉਣ ਵਾਸਤੇ ਜਗਤ ਸੰਗਤ ਤੋਂ ਅਪੀਲ ਵੀ ਹੈ ਕਿ ਤੁਸੀਂ ਰਣਜੀਤ ਨਗਾਰਾ ਦੇ ਨਾਲ ਵੱਧ ਚੜ ਕੇ ਜਿਹੜਾ ਹੈ ਉਹ ਹੱਥ ਵੰਡਾਓ ਤਾਂ ਕਿ ਹੋਰ ਗੁਰੂ ਘਰ ਜਿਹੜੇ ਨੇ ਉਹਨਾਂ ਦੀ ਸੇਵਾ ਵੀ ਲਈ ਜਾ ਸਕੇ ਉਹਨਾਂ ਉੱਥੇ ਵੀ ਕਾਰ ਸੇਵਾ ਕੀਤੀ ਜਾ ਸਕੇ ਜਿਹੜਾ ਕਿ ਇੱਕ ਆਪਣਾ ਮਿਸ਼ਨ ਸੀਗਾ ਔਰ ਰੀਸਟੋਰ ਕਰਨ ਦਾ ਸਾਡੀ ਟੀਮ ਦੇ ਵਿੱਚ ਜਿਹੜੇ ਲੀਡ ਕਰ ਰਹੇ ਨੇ ਇਸ ਵੇਲੇ ਜਿਹੜੇ ਮੇਨ ਡਾਇਰੈਕਟਰ ਨੇ ਜੀ ਸਤਪ੍ਰੀਤ ਸਿੰਘ ਕਹਿ ਲੋ ਤੁਸੀਂ ਉਹ ਮਲਟੀਪ੍ਰੋਫੈਸ਼ਨਲ ਆਦਮੀ ਨੇ ਬਹੁਤ ਹੀ ਵਧੀਆ ਕਿਸਮ ਦੇ ਇਨਸਾਨ ਨੇ ਗਾਇਬਗਾਹੇ ਜਦੋਂ ਪਾਕਿਸਤਾਨ ਪਹੁੰਚਣਗੇ ਫਿਰ ਅਸੀਂ ਤੁਹਾਡਾ ਤਾਰਫ ਤਾਰਫ ਮਜ਼ੀਦ ਕਰਾਵਾਂਗਾ ਤੇ ਐਵੇਂ ਸਤਪ੍ਰੀਤ ਸਾਹਿਬ ਨੇ ਔਰ ਉਸ ਤੋਂ ਬਾਅਦ ਪਰਜ਼ਰਵਿੰਗ ਜਿਹੜੀ ਹੈ ਮਾਸਟਰ ਮਾਈਂਡ ਜਿਹੜੇ ਨੇ ਸਾਡੇ ਕੋਲ ਅਮਰੀਕ ਪਲਹਾ ਜੀ ਅਮਰੀਕ ਪਲਹਾ ਜੀ ਦਾ ਥੋੜਾ ਜਿਹਾ ਤਾਰਫ ਕਰਵਾਉਂਦਾ ਚਾਹਾਂ ਕਿ ਯੂਏਈ ਦੇ ਤਕਰੀਬਨ 44 ਫੋਰਟਸ ਜਿਹੜੇ ਨੇ ਤਾਰੀਖੀ 14ਵੀਂ ਸਦੀ ਦੇ 16ਵੀਂ ਸਦੀ ਦੇ ਜਿਹੜੇ ਕਿਲੇ ਨੇ ਉਹਨਾਂ ਨੂੰ ਪ੍ਰਜ਼ਰਵ ਕਰਨ ਦਾ ਉਹਨਾਂ ਦਾ ਬਹੁਤ ਵੱਡਾ ਐਕਸਪੀਰੀਅੰਸ ਹੈ ਔਰ 44 ਜਿਹੜੇ ਫੋਰਟਸ ਨੇ ਉਹਨਾਂ ਨੂੰ ਉਹ ਪ੍ਰਜ਼ਰਵ ਕਰ ਚੁੱਕੇ ਨੇ ਤੇ ਤੀਸਰੀ ਟੀਮ ਦਾ ਹਿੱਸਾ ਜਿਹੜਾ ਹੈ ਮੈਂ ਖੁਦ ਸ਼ਾਹਿਦ ਸ਼ਬੀਰ ਬਾਬਾ ਜੀ ਮੀਡੀਆ ਐਡਵਾਈਜ਼ਰ ਯਾਨੀ ਕਿ ਮੀਡੀਆ ਦੇ ਥਰੂ ਅਪਡੇਟ ਜਿਹੜੀ ਹੈ ਕੋਈ ਵੀ ਹੈ ਉਹ ਮੈਂ ਦੇ ਰਿਆ ਹਾਂ ਪਾਕਿਸਤਾਨ ਤੋਂ ਔਰ ਚੌਥੀ ਸਾਡੀ ਟੀਮ ਜਿਹੜੀ ਹੈ ਉਹ ਹੈ ਆਰਕੀਟੈਕਟਸ ਆਰਕੀਟੈਕਟਸ ਜਿਹੜੇ ਨੇ ਲਾਹੌਰ ਦੇ ਸਾਡੀ ਜਿਹੜੀ ਟੀਮ ਹੈ ਉਹ ਪੂਰੀ ਆਰਕੀਟੈਕਟਸ ਦੀ ਪੂਰੀ ਟੀਮ ਹੈ ਉਹ ਆਈ ਹੋਈ ਹੈ ਔਰ ਪੰਜਵੇਂ ਨੰਬਰ ਦੇ ਉੱਤੇ ਸਾਡੇ ਜਿਹੜੇ ਨੇ ਕਾਰ ਸੇਵਾ ਦੇ ਲੋਕ ਨੇ ਕਾਰ ਸੇਵਾ ਤੁਹਾਨੂੰ ਬੜਾ ਅੱਛਾ ਲੱਗੇਗਾ ਸੁਣ ਕੇ ਕਿ ਕਾਰ ਸੇਵਾ ਵਾਲੇ ਜਿਹੜੇ ਲੋਕ ਨੇ ਉਹ ਉਹਨਾਂ ਦੇ ਵਿੱਚ ਮੋਸਟਲੀ ਜਿਹੜੇ ਨੇ ਹਿੰਦੂ ਵੀਰ ਨੇ ਔਰ ਪਾਕਿਸਤਾਨ ਦੇ ਸਾਊਥ ਪੰਜਾਬ ਤੋਂ ਰਹੀਮ ਯਾਰ ਖਾਨ ਤੋਂ ਨਾਲ ਉਹ ਸੇਵਾ ਨਿਭਾ ਰਹੇ ਨੇ ਯਾਨੀ ਕਿ ਲੇਬਰ ਜਿਹੜਾ ਵਰਕ ਹੈ ਉਹ ਕਰ ਰਹੇ ਨੇ ਤੇ ਇੱਕ ਵਾਰੀ ਫੇਰ ਬਾਬਾ ਗੁਰੂ ਨਾਨਕ ਸਾਹਿਬ ਦੇ ਸਥਾਨ ਦੇ ਉੱਤੇ ਉਹੀ ਗੱਲ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਜਿਹੜੀ ਕਿ ਮੈਂ ਦਰਬਾਰ ਸਾਹਿਬ ਕਰਤਾਰਪੁਰ ਤੇ ਕਹੀ ਸੀ ਯਾਨੀ ਕਿ ਹਿੰਦੂ ਮੁਸਲਮ ਸਿੱਖ ਸਾਰੇ ਦੇ ਸਾਰੇ ਜਿਹੜੇ ਨੇ ਉਹ ਮੌਜੂਦ ਨੇ ਯਾਨੀ ਕਿ ਇੱਥੇ ਲੰਗਰ ਵੀ ਬਕਾਇਦਾ ਸ਼ੁਰੂ ਕਰ ਦਿੱਤਾ ਗਿਆ ਔਰ ਲੰਗਰ ਜਿਹੜਾ ਹੈ ਉਹ ਕੌਣ ਬਣਾ ਰਹੇ ਨੇ ਹਿੰਦੂ ਸੰਗਤ ਬਣਾ ਰਹੀ ਹੈ ਫਿਰ ਉਸ ਤੋਂ ਬਾਅਦ ਲੇਬਰ ਦਾ ਵਰਕ ਜਿਹੜਾ ਹਿੰਦੂ ਸੰਗਤ ਕਰ ਰਹੀ ਹੈ ਆਰਕੀਟੈਕਟ ਜਿਹੜੇ ਨੇ ਉਹਨੇ ਮਤਲਬ ਕਿ ਮੁਸਲਮ ਨੇ ਔਰ ਜਿਹੜੇ ਔਨ ਕਰ ਰਹੇ ਨੇ ਪੂਰੇ ਪ੍ਰੋਗਰਾਮ ਜਿੰਨਾ ਵੀ ਸਾਡੀ ਹੈ ਆਰਗੇਨਾਈਜੇਸ਼ਨ ਹੈ ਇਹਨੂੰ ਜਿਹੜਾ ਹੋਲਡ ਕਰ ਰਹੇ ਨੇ ਜਾਂ ਜਿਹੜੇ ਰਣਜੀਤ ਨਗਾਰਾ ਹੈ ਰਣਜੀਤ ਨਗਾਰਾ ਰਣਜੀਤ ਨਗਾਰਾ ਜਿਹੜਾ ਉਹ ਤੁਹਾਨੂੰ ਪਤਾ ਕਿ ਉਹਦੇ ਔਨਰ ਜਿਹੜੇ ਨੇ ਉਹ ਸਾਰੇ ਸਿੱਖ ਵੀਰ ਨੇ ਤੇ ਇਸ ਤਰ੍ਹਾਂ ਕਰਕੇ ਮਤਲਬ ਕਿ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਸਿੱਖ ਮੁਸਲਮ ਔਰ Hindu ਸਾਰੇ ਲੋਕ ਮਿਲ ਕੇ ਸੇਵਾ ਨਿਭਾ ਰਹੇ ਨੇ ਇੱਥੇ ਔਰ ਬਹੁਤ ਵਧੀਆ ਲੱਗ ਰਿਹਾ ਹੈ ਇੱਕ ਵਾਰੀ ਫੇਰ ਇੱਕ ਵਾਰੀ ਇਕਤਾ ਨਜ਼ਰ ਆ ਰਹੀ ਹੈ ਸਾਡਾ ਮੈਸੇਜ ਵੀ ਇਹੀ ਹੈ ਰਣਜੀਤ ਨਗਾਰਾ ਵੀ ਇਹੀ ਚਾਹੁੰਦਾ ਇੰਟਰਫੇਥ ਹਾਰਮਨੀ ਕਿ ਸਾਰੇ ਪਾਸੇ ਪਿਆਰ ਮੁਹਮਮਦ ਅਮਨ ਭਾਈਚਾਰਾ ਜੜਾ ਹੋਵੇ ਠੀਕ ਹੈ ਜੀ ਔਰ ਇਹ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਰਣਜੀਤ ਨਗਾਰਾ ਵੱਲੋਂ ਲੇਟਸ ਅਪਡੇਟ ਅਬਾਊਟ ਦਰਬਾਰ ਗੁਰਦੁਆਰਾ ਸ੍ਰੀ ਪਹਿਲੀ ਬਾਸ਼ੀ ਜਵਾ ਬਾਬਾ ਗੁਰੂ ਨਾਨਕ ਸਾਹਿਬ ਚੱਲਦੇ ਹਾਂ ਤੇ ਅਸੀਂ ਤੁਹਾਨੂੰ ਅੱਗੇ ਦੱਸਦੇ ਹਾਂ ਕਿ ਸੇਵਾ ਦੇ ਵਿੱਚ ਕਿੱਥੇ-ਕਿੱਥੇ ਕੀ-ਕੀ ਹੋਇਆ